ਸਤਿਕਾਰ ਜੀ ਸਾਰਿਆਂ ਨੂੰ ਧੰਨ ਧੰਨ ਜੈ ਸਾਈਂ ਲੋਕਾਂ ਦੀ ਧੰਨ ਧੰਨ ਦੁੱਗਾ ਜਹਰਪੀਰ ਜਿਵੇਂ ਕਿ ਇਲਾਕਾ ਨਿਵਾਸੀਆਂ ਨੂੰ ਪਤਾ ਹੀ ਹੈ ਕਿ ਖੇੜੇ ਨੰਗਲ ਦਾ ਸਿੰਝ ਮੇਲਾ ਹਰੇਕ ਸਾਲ ਕਰਾਇਆ ਜਾਂਦਾ ਹੈ ਇਹ ਸਿੰਝ ਮੇਲਾ ਜੋ ਅਸੀਂ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਾਰਾ ਪਿੰਡ ਦੇ ਸਹਿਯੋਗ ਦੇ ਨਾਲ ਅਤੇ ਸਾਡੇ NRI ਵੀਰਾਂ ਦੇ ਸਹਿਯੋਗ ਦੇ ਨਾਲ ਕਰਾਉਂਦੇ ਹਾਂ ਜਿਸ ਦੇ ਵਿੱਚ ਪੰਜਾਬ ਦੇ ਨਹੀਂ ਦੇਸ਼ ਭਰ ਤੋਂ ਉੱਚ ਕੋਟੀ ਦੇ ਪਹਿਲਵਾਨ ਹਿੱਸਾ ਲੈਂਦੇ ਆ ਜਿਨ੍ਹਾਂ ਦੇ ਵਿੱਚੋਂ ਇਸ ਵਾਰ ਸਿੰਝ ਦੇ ਵਿੱਚ ਜੱਸਾ ਪੱਟੀ ਅਤੇ ਰੋਹਿਤ ਦਿੱਲੀ ਦੀ ਕੁਸ਼ਤੀ ਹੋ ਰਹੀ ਹੈ ਦੂਜੇ ਨੰਬਰ ਦੀ ਕੁਸ਼ਤੀ ਜਿਹੜੀ ਭੁਪਿੰਦਰ ਜਨਾਲਾ ਅਤੇ ਨਾਲ ਉਹਨਾਂ ਦੇ ਵੱਡਾ ਜੱਸਾ ਵਾੜੋਵਾਲ ਅਤੇ ਇਸ ਤੋਂ ਬਾਅਦ ਤੀਜੇ ਚੌਥੇ ਨੰਬਰ ਦੀਆਂ ਕੁਸ਼ਤੀਆਂ ਵੀ ਕਾਫੀ ਆਕਰਸ਼ਕ ਹੋਣਗੀਆਂ ਅਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆ ਕੇ ਸਿੰਝ ਮੇਲੇ ਦੀ ਰੌਣਕ ਨੂੰ ਵਧਾਓ ਅਤੇ ਜੋ ਸਾਡੇ NRI ਵੀਰਾਂ ਦਾ ਕੀਤਾ ਹੈ ਉਪਰਾਲਾ ਹੈ ਜਿੱਦਾਂ ਕਿ ਜਿਨ੍ਹਾਂ ਦੇ ਵਿੱਚ ਉਪਰਾਲਿਆਂ ਦੇ ਵਿੱਚ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਕੁਛ ਰਾਸ਼ਨ ਡਿਸਟ੍ਰੀਬਿਊਟ ਕਰੀਦਾ ਅਤੇ ਜਿਹੜੇ ਟ੍ਰਾਈਸਾਈਕਲ ਕੁਛ ਸਕੂਲ ਜਾਂਦੇ ਬੱਚਿਆਂ ਨੂੰ ਸਾਈਕਲ ਅਤੇ ਆਪਣੇ ਜਿਹੜੇ ਬੱਚੇ ਜਿਹੜੇ ਹਾਇਰ ਸਟੱਡੀ ਦੇ ਵਿੱਚ ਆ ਉਹਨਾਂ ਨੂੰ ਸਨਮਾਨਿਤ ਅਤੇ ਫਿਰ ਸਿਲਾਈ ਮਸ਼ੀਨਾਂ ਤਾਂ ਇਸ ਤਰ੍ਹਾਂ ਦੇ ਕੁਛ ਨਾ ਕੁਛ ਉਪਰਾਲੇ NRI ਵੀਰਾਂ ਅਤੇ ਪਿੰਡ ਦੇ ਸਹਿਯੋਗ ਦੇ ਨਾਲ ਕਰਦੇ ਰਹਿੰਦੇ ਹਾਂ ਅਤੇ ਮੈਂ ਇਹ ਚਾਹੁੰਦਾ ਜਿੱਦਾਂ ਕਿ ਬਾਹਰ ਸਾਡੇ NRI ਵੀਰ ਸਾਡੇ ਨਾਲ ਸਹਿਯੋਗ ਕਰਦੇ ਜਿਨ੍ਹਾਂ ਦੇ ਵਿੱਚ ਚਰਨਜੀਤ ਸਿੰਘ ਝੱਲੀ ਆਪਣੇ ਸਾਡੇ ਗੰਢਵਾਂ ਤੋਂ ਆ ਅਤੇ ਉਸ ਤੋਂ ਬਾਅਦ ਸਾਡਾ ਹਰਮੇਲ ਸਿੰਘ ਭਰਾ ਹੈਰੀ ਉਹ ਠੌਲੀ ਤੋਂ ਆ ਸਾਡੇ ਰਜੇਸ਼ ਸਪੀਡੋ ਜੀ AR ਹੈਲਪਿੰਗ ਹੈਂਡ ਅਤੇ ਸਾਡੀ ਡਾਕਟਰ BR ਅੰਬੇਡਕਰ ਕਲੱਬ ਨਿਊਯਾਰਕ ਸਾਡੇ ਨਾਲ ਸਹਿਯੋਗੀ ਨੇ ਅਤੇ ਇਹ ਹਮੇਸ਼ਾ ਹਰੇਕ ਸਾਲ ਸਾਡੇ ਨਾਲ ਸਹਿਯੋਗ ਕਰਦੇ ਰਹਿੰਦੇ ਆ ਅਤੇ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ 18 ਤਰੀਕ ਦਿਨ ਵੀਰਵਾਰ ਨੂੰ ਆਪਣੇ ਪਿੰਡ ਖੇੜਾ ਦੇ ਵਿੱਚ ਪਹੁੰਚ ਕੇ ਸਿੰਝ ਦੀ ਰੌਣਕ ਨੂੰ ਵਧਾਓ ਜੀ ਸਤਿ ਸ਼੍ਰੀ ਅਕਾਲ ਜੀ ਜੈ ਸਾਈਂ ਲੋਕਾਂ ਨੂੰ